ਕੁਝ ਦਿਨ ਪਹਿਲਾਂ ਕੇਰਲ ਦੇ ਇੱਕ ਸ਼ਖਸ ਨੂੰ ਆਪਣੀ ਪਤਨੀ ਨੂੰ ਕੋਬਰਾ ਸੱਪ ਤੋਂ ਡੰਗ ਮਰਵਾ ਕੇ ਮਾਰਨ ਦੇ ਜੁਰਮ ਵਿੱਚ ਦੋਹਰੀ ਉਮਰ ਕੈਦ ਦੀ ਸਜ਼ਾ ਹੋਈ। ਬੀਬੀਸੀ ਪੱਤਰਕਾਰ ਸੌਤਿਕ ਵਿਸ਼ਵਾਸ ਅਤੇ ਅਸ਼ਰਫ ਫਦੰਨਾ ਮਿਲ ਕੇ ਇਸ ਖੌਫਨਾਕ ਕਤਲਕਾਂਡ ਦੀ ਕਹਾਣੀ ਤੁਹਾਡੇ ਤੱਕ ਲਿਆਏ ਨੇ। ਪਿਛਲੇ ਸਾਲ ਅਪ੍ਰੈਲ ਵਿੱਚ 28 ਸਾਲਾ ਸੂਰਜ ਕੁਮਾਰ ਨੇ ਦੁਨੀਆ ਦੇ ਸਭ ਤੋਂ ਜ਼ਹਿਰੀਲੇ ਸੱਪਾਂ ਵਿੱਚੋਂ ਇੱਕ ਸਪੈਕਟੇਕਲਡ ਕੋਬਰਾ ਨੂੰ 7,000 ਰੁਪਏ ਵਿੱਚ ਖਰੀਦਿਆ ਸੀ। ਭਾਰਤ ਵਿੱਚ ਸੱਪਾਂ ਦਾ ਵਪਾਰ ਗੈਰ ਕਾਨੂੰਨੀ ਹੈ, ਇਸ ਲਈ ਸੂਰਜ ਨੇ ਦੱਖਣੀ ਸੂਬੇ ਕੇਰਲ ਦੇ ਸਪੇਰੇ ਸੁਰੇਸ਼ ਕੁਮਾਰ ਤੋਂ ਗੁਪਤ ਰੂਪ 'ਚ ਇਹ ਖਰੀਦਦਾਰੀ ਕੀਤੀ। ਸੂਰਜ ਨੇ ਇੱਕ ਪਲਾਸਟਿਕ ਦੇ ਕੰਟੇਨਰ ਵਿੱਚ ਹਵਾ ਆਉਣ ਜਾਣ ਦੇ ਲਈ ਇੱਕ ਛੀਕ ਕੀਤਾ, ਕੋਬਰਾ ਨੂੰ ਅੰਦਰ ਰੱਖਿਆ ਅਤੇ ਉਸਨੂੰ ਘਰ ਲਿਆਇਆ। 13 ਦਿਨ ਬਾਅਦ ਉਸਨੇ ਕੰਟੇਨਰ ਨੂੰ ਇੱਕ ਬੈਗ ਵਿੱਚ ਰੱਖਿਆ ਅਤੇ ਲਗਭਗ 44 ਕਿਲੋਮੀਟਰ ਦੂਰ ਆਪਣੇ ਸਹੁਰੇ ਚਲਾ ਗਿਆ, ਜਿੱਥੇ ਉਸਦੀ ਪਤਨੀ ਉੱਤਰਾ ਨੂੰ ਪਹਿਲਾਂ ਤੋਂ ਹੀ ਸੱਪ ਨੇ ਡੰਗਿਆ ਹੋਇਆ ਸੀ ਅਤੇ ਉਹ ਠੀਕ ਹੋ ਰਹੀ ਸੀ। ਸੂਰਜ ਅਤੇ ਉੱਤਰਾ ਦੀ ਮੁਲਾਕਾਤ 2 ਸਾਲ ਪਹਿਲਾਂ ਇੱਕ ਮੈਟ੍ਰੀਮੋਨੀਅਲ ਬ੍ਰੋਕਰ ਦੇ ਜ਼ਰੀਏ ਹੋਈ ਸੀ। ਉੱਤਰਾ ਸੂਰਜ ਤੋਂ 3 ਸਾਲ ਛੋਟੀ ਸੀ ਅਤੇ ਉਹ ਲਰਨਿੰਗ ਡਿਸੇਬਿਲਿਟੀ ਤੋਂ ਪੀੜਤ ਸੀ, ਜਿਸ ਵਿੱਚ ਇਨਸਾਨ ਨੂੰ ਨਵੀਆਂ ਚੀਜ਼ਾਂ ਸਿੱਖਣ ਵਿੱਚ ਪਰੇਸ਼ਾਨੀ ਹੁੰਦੀ ਹੈ। ਉੱਤਰਾ ਦੇ ਪਿਤਾ ਇੱਕ ਰਬੜ ਵਪਾਰੀ ਨੇ ਅਤੇ ਮਾਂ ਇੱਕ ਰਿਟਾਇਰਡ ਸਕੂਲ ਪ੍ਰਿੰਸੀਪਲ। ਦੋਹਾਂ ਨੇ ਜਦੋਂ ਵਿਆਹ ਕੀਤਾ ਤਾਂ ਸੂਰਜ ਨੇ ਉੱਤਰਾ ਦੇ ਮਾਪਿਆਂ ਤੋਂ 768 ਗ੍ਰਾਮ ਸੋਨਾ, ਇੱਕ ਸੁਜ਼ੂਕੀ ਸੈਡਾਨ ਕਾਰ ਅਤੇ 4,00,000 ਰੁਪਏ ਨਕਦ ਦਾਜ ਵਜੋਂ ਲਿਆ। ਜਾਂਚ ਕਰਨ ਵਾਲੀ ਪੁਲਿਸ ਦਾ ਕਹਿਣਾ ਹੈ ਕਿ ਸੂਰਜ ਨੂੰ ਉੱਤਰਾ ਦੇ ਮਾਪਿਆਂ ਤੋਂ ਉਹਨਾਂ ਦੀ ਧੀ ਦੀ ਦੇਖਭਾਲ ਦੇ ਲਈ 8,000 ਰੁਪਏ ਹਰ ਮਹੀਨੇ ਮਿਲਦੇ ਸੀ। ਉੱਤਰਾ ਨੂੰ ਜਦੋਂ ਸੱਪ ਨੇ ਪਹਿਲੀ ਵਾਰੀ ਡੰਗਿਆ ਤਾਂ ਉਹ 52 ਦਿਨਾਂ ਤੱਕ ਹਸਪਤਾਲ ਵਿੱਚ ਰਹੀ। ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਵਾਪਸ ਆਪਣੇ ਮਾਪਿਆਂ ਦੇ ਘਰ ਪਰਤੀ। ਉੱਤਰਾ ਨੂੰ ਜ਼ਹਿਰੀਲੇ ਸੱਪ ਰਸਲ ਵਾਈਪਰ ਨੇ ਡੰਗਿਆ ਸੀ, ਜਿਸ ਦੀ ਵਜ੍ਹਾ ਨਾਲ ਉਸ ਦੇ ਪੈਰ ਦੀਆਂ 3 ਸਰਜਰੀਆਂ ਹੋਈਆਂ। ਜਾਂਚ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਜਦੋਂ ਉੱਤਰਾ ਦੀ ਸਿਹਤ ਵਿੱਚ ਸੁਧਾਰ ਹੋ ਹੀ ਰਿਹਾ ਸੀ ਤਾਂ 6 ਮਈ ਦੀ ਰਾਤ ਨੂੰ ਸੂਰਜ ਨੇ ਉਸ ਨੂੰ ਇੱਕ ਗਲਾਸ ਫਰੂਟ ਜੂਸ ਦਿੱਤਾ, ਜਿਸ ਵਿੱਚ ਬੇਹੋਸ਼ੀ ਦੀ ਦਵਾਈ ਮਿਲਾਈ ਗਈ ਸੀ। ਜਦੋਂ ਦਵਾਈ ਨੇ ਆਪਣਾ ਅਸਰ ਦਿਖਾਇਆ ਅਤੇ ਉੱਤਰਾ ਬੇਹੋਸ਼ ਹੋ ਗਈ ਤਾਂ ਸੂਰਜ ਨੇ ਕੰਟੇਨਰ ਵਿੱਚੋਂ 5 ਫੁੱਟ ਲੰਬੇ ਸੱਪ ਨੂੰ ਕੱਢਿਆ ਅਤੇ ਸੋ ਰਹੀ ਆਪਣੀ ਪਤਨੀ ਦੇ ਉੱਪਰ ਉਸ ਨੂੰ ਸੁੱਟ ਦਿੱਤਾ। ਜਦੋਂ ਸੱਪ ਉਸ 'ਤੇ ਹਮਲਾ ਕਰਨ ਦੀ ਥਾਂ ਭੱਜ ਗਿਆ ਤਾਂ ਸੂਰਜ ਨੇ ਭੱਜਦੇ ਸੱਪ ਨੂੰ ਫਿਰ ਚੁੱਕਿਆ ਅਤੇ ਆਪਣੀ ਪਤਨੀ ਉੱਤਰਾ 'ਤੇ ਫਿਰ ਸੁੱਟਿਆ, ਪਰ ਸੱਪ ਫਿਰ ਤਿਲਕ ਗਿਆ। ਸੂਰਜ ਨੇ ਤੀਜੀ ਵਾਰ ਕੋਸ਼ਿਸ਼ ਕੀਤੀ ਅਤੇ ਇਸ ਵਾਰ ਉਸਨੇ ਕੋਬਰਾ ਨੂੰ ਉਸਦੀ ਗਰਦਨ ਤੋਂ ਫੜਿਆ ਅਤੇ ਉੱਤਰਾ ਦੇ ਖੱਬੇ ਹੱਥ ਵੱਲ ਲੈ ਗਿਆ। ਗੁੱਸੇ ਵਿੱਚ ਆਏ ਕੋਬਰਾ ਨੇ ਉੱਤਰਾ ਨੂੰ ਡੰਗ ਲਿਆ। ਇਸ ਤੋਂ ਬਾਅਦ ਉਸਨੂੰ ਇੱਕ ਸ਼ੈਲਫ ਵਿੱਚ ਬੰਦ ਕਰ ਦਿੱਤਾ ਅਤੇ ਉਹ ਰਾਤ ਭਰ ਉੱਥੇ ਹੀ ਰਿਹਾ। ਜਾਨਵਰਾਂ ਦਾ ਇਲਾਜ ਕਰਨ ਵਾਲੇ ਮਵੀਸ਼ ਕੁਮਾਰ ਕਹਿੰਦੇ ਨੇ ਕਿ ਜਦੋਂ ਤੱਕ ਤੁਸੀਂ ਕੋਬਰਾ ਨੂੰ ਉਕਸਾਉਂਦੇ ਨਹੀਂ ਉਸ ਵੇਲੇ ਤੱਕ ਕੋਬਰਾ ਹਮਲਾ ਨਹੀਂ ਕਰਦਾ। ਸੂਰਜ ਨੂੰ ਇਸ ਨੂੰ ਫੜਨਾ ਪਿਆ ਅਤੇ ਆਪਣੀ ਪਤਨੀ ਨੂੰ ਡੰਗਣ ਦੇ ਲਈ ਮਜਬੂਰ ਕਰਨਾ ਪਿਆ। ਜਾਂਚ ਕਰਨ ਵਾਲਿਆਂ ਦੇ ਮੁਤਾਬਕ ਸੂਰਜ ਨੇ ਜੂਸ ਦਾ ਗਲਾਸ ਧੋਇਆ, ਸੱਪ ਨੂੰ ਸੰਭਾਲਣ ਦੇ ਲਈ ਇਸਤੇਮਾਲ ਕੀਤੀ ਗਈ ਛੜੀ ਨੂੰ ਨਸ਼ਟ ਕੀਤਾ ਅਤੇ ਆਪਣੇ ਮੋਬਾਈਲ ਫੋਨ ਦੇ ਕਾਲ ਰਿਕਾਰਡਸ ਡਿਲੀਟ ਕੀਤੇ। ਉੱਤਰਾ ਦੀ ਮਾਂ ਨੇ ਪੁਲਿਸ ਨੂੰ ਦੱਸਿਆ ਕਿ ਅਗਲੀ ਸਵੇਰ ਜਦੋਂ ਆਪਣੀ ਧੀ ਦੇ ਕਮਰੇ ਵਿੱਚ ਗਏ ਤਾਂ ਉਹਨਾਂ ਨੇ ਵੇਖਿਆ ਕਿ ਉਹਨਾਂ ਦੀ ਧੀ ਬਿਸਤਰ 'ਤੇ ਪਈ ਹੈ ਅਤੇ ਉਸਦਾ ਮੂੰਹ ਖੁੱਲ੍ਹਿਆ ਹੋਇਆ ਹੈ। ਉਸਦੀ ਖੱਬੀ ਬਾਂਹ ਇੱਕ ਪਾਸੇ ਲਟਕ ਰਹੀ ਹੈ। ਉਹਨਾਂ ਨੇ ਕਿਹਾ ਕਿ ਸੂਰਜ ਵੀ ਉਸ ਵੇਲੇ ਕਮਰੇ ਵਿੱਚ ਸੀ। ਉੱਤਰਾ ਦੀ ਮਾਂ ਨੇ ਆਪਣੇ ਜਵਾਈ ਨੂੰ ਪੁੱਛਿਆ ਕਿ ਤੁਸੀਂ ਇਹ ਕਿਉਂ ਨਹੀਂ ਵੇਖਿਆ ਕਿ ਉਹ ਜਾਗ ਰਹੀ ਹੈ ਨਹੀਂ, ਤਾਂ ਸੂਰਜ ਨੇ ਜਵਾਬ ਦਿੱਤਾ ਕਿ ਮੈਂ ਸੌਂਦੀ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦਾ ਸੀ। ਉੱਤਰਾ ਦੇ ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ ਅਤੇ ਇਹ ਦੱਸਿਆ ਗਿਆ ਕਿ ਉਸ ਨੂੰ ਜ਼ਹਿਰ ਦੇ ਕੇ ਮਾਰਿਆ ਗਿਆ। ਹਸਪਤਾਲ ਨੇ ਪੁਲਿਸ ਨੂੰ ਫੋਨ ਕਰ ਦਿੱਤਾ। ਆਟੋਪਸੀ ਰਿਪੋਰਟ ਵਿੱਚ ਉਸਦੀ ਖੱਬੀ ਬਾਂਹ 'ਤੇ 2 ਜ਼ਖਮ ਸਨ, ਜੋ 1 ਇੰਚ ਤੋਂ ਵੀ ਘੱਟ ਦੂਰੀ 'ਤੇ ਸੀ। ਖੂਨ ਅਤੇ ਵਿਸਰਾ ਰਿਪੋਰਟ ਵਿੱਚ ਕੋਬਰਾ ਦਾ ਜ਼ਹਿਰ ਅਤੇ ਨਸ਼ੀਲੀਆਂ ਦਵਾਈਆਂ ਦੀ ਮੌਜੂਦਗੀ ਦਾ ਪਤਾ ਲੱਗਿਆ। ਕੋਬਰਾ ਦਾ ਜ਼ਹਿਰ ਸਾਹ ਦੀਆਂ ਮਾਸਪੇਸ਼ੀਆਂ ਨੂੰ ਅਪੰਗ ਬਣਾ ਕੇ ਘੰਟਿਆਂ ਵਿੱਚ ਹੀ ਕਿਸੇ ਨੂੰ ਮਾਰ ਸਕਦਾ ਹੈ। ਉੱਤਰਾ ਦੇ ਮਾਪਿਆਂ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ 24 ਮਈ ਨੂੰ ਸੂਰਜ ਨੂੰ ਆਪਣੀ ਪਤਨੀ ਦੀ ਮੌਤ ਦੇ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ। ਤਕਰੀਬਨ 78 ਦਿਨਾਂ ਤੱਕ ਚੱਲੀ ਜਾਂਚ ਤੋਂ ਬਾਅਦ ਅਤੇ 1,000 ਤੋਂ ਵੱਧ ਪੰਨਿਆਂ ਦੀ ਚਾਰਜਸ਼ੀਟ ਦੇ ਨਾਲ ਟ੍ਰਾਇਲ ਸ਼ੁਰੂ ਹੋਇਆ। ਜਾਨਵਰਾਂ ਦੇ ਇਲਾਜ ਕਰਨ ਵਾਲੇ ਅਤੇ ਡਾਕਟਰਾਂ ਸਣੇ 90 ਲੋਕਾਂ ਨੇ ਗਵਾਹੀਆਂ ਦਿੱਤੀਆਂ। ਸੂਰਜ ਦੇ ਕਾਲ ਰਿਕਾਰਡ, ਇੰਟਰਨੈਟ ਹਿਸਟਰੀ, ਘਰ ਦੇ ਪਿੱਛੇ ਬਾਗ ਤੋਂ ਮਿਲੇ ਇੱਕ ਮਰੇ ਹੋਏ ਕੋਬਰਾ, ਪਰਿਵਾਰ ਦੀ ਕਾਰ ਵਿੱਚ ਨਸ਼ੀਲਾ ਪਦਾਰਥ ਅਤੇ ਇਸ ਵਰਗੇ ਹੋਰ ਕਈ ਸਬੂਤਾਂ ਦੇ ਆਧਾਰ 'ਤੇ ਇਹ ਕੇਸ ਮਜ਼ਬੂਤ ਬਣਾਇਆ ਗਿਆ। ਨਾਲ ਹੀ ਜਾਂਚ ਵਿੱਚ ਪਾਇਆ ਗਿਆ ਕਿ ਸੂਰਜ ਨੇ 1 ਨਹੀਂ 2 ਸੱਪ ਖਰੀਦੇ ਸਨ। ਜਾਂਚ ਕਰਨ ਵਾਲੇ ਨੇ ਕਿਹਾ ਕਿ ਸੂਰਜ ਨੇ ਰਸਲ ਸੱਪ ਵੀ ਖਰੀਦਿਆ ਸੀ, ਜਿਸ ਨੇ ਉੱਤਰਾ ਨੂੰ ਮਰਨ ਤੋਂ ਕੁਝ ਮਹੀਨੇ ਪਹਿਲਾਂ ਡੰਗਿਆ ਸੀ। ਸੱਪ ਫੜਨ ਵਾਲੇ ਸੁਰੇਸ਼ ਨੇ ਕਬੂਲ ਕੀਤਾ ਕਿ ਉਸਨੇ ਦੋਵੇਂ ਸੱਪ ਸੂਰਜ ਨੂੰ ਵੇਚੇ ਸਨ। ਜਾਨਵਰਾਂ ਦਾ ਇਲਾਜ ਕਰਨ ਵਾਲੇ ਨੇ ਅਦਾਲਤ ਨੂੰ ਦੱਸਿਆ ਕਿ ਇਸ ਗੱਲ ਦੀ ਬਹੁਤ ਘੱਟ ਸੰਭਾਵਨਾ ਹੈ ਕਿ ਇੱਕ ਕੋਬਰਾ ਖਿੜਕੀ ਤੋਂ ਬੈੱਡਰੂਮ ਵਿੱਚ ਵੜੇ। ਇੱਕ ਸਪੇਰੇ, ਕੋਬਰਾ ਅਤੇ ਡਮੀ ਦੀ ਮਦਦ ਨਾਲ ਇਸ ਪੂਰੇ ਘਟਨਾਕ੍ਰਮ ਨੂੰ ਰੀਕ੍ਰੀਏਟ ਕੀਤਾ ਗਿਆ। ਜਾਨਵਰਾਂ ਦਾ ਇਲਾਜ ਕਰਨ ਵਾਲੇ ਮਵੀਸ਼ ਕੁਮਾਰ ਕਹਿੰਦੇ ਨੇ ਕਿ ਰਾਤ ਵਿੱਚ ਕੋਬਰਾ ਬਹੁਤ ਸਰਗਰਮ ਨਹੀਂ ਹੁੰਦੇ। ਹਰ ਵਾਰ ਜਦੋਂ ਅਸੀਂ ਕੋਬਰਾ ਨੂੰ ਡਮੀ 'ਤੇ ਡੇਗ ਰਹੇ ਸੀ ਤਾਂ ਉਹ ਫਰਸ਼ 'ਤੇ ਫਿਸਲ ਜਾਂਦਾ ਅਤੇ ਕਮਰੇ ਦੇ ਇੱਕ ਹਨੇਰੇ ਕੋਨੇ ਵਿੱਚ ਚਲਿਆ ਜਾਂਦਾ। ਜਦੋਂ ਅਸੀਂ ਕੋਬਰਾ ਨੂੰ ਉਕਸਾਇਆ ਤਾਂ ਵੀ ਉਸਨੇ ਡੰਗਣ ਦੀ ਕੋਸ਼ਿਸ਼ ਨਹੀਂ ਕੀਤੀ। ਫਿਰ ਡਾਕਟਰ ਨੇ ਕੋਬਰਾ ਦੀ ਗਰਦਨ ਫੜੀ ਅਤੇ ਡਮੀ ਦੇ ਪਲਾਸਟਿਕ ਦੇ ਹੱਥ ਨਾਲ ਬੰਨੇ ਚਿਕਨ ਦੇ ਇੱਕ ਟੁਕੜੇ 'ਤੇ ਉਸ ਨੂੰ ਵੱਢਣ ਲਈ ਮਜਬੂਰ ਕੀਤਾ। ਕੋਬਰਾ ਨੇ ਉਸ ਵੇਲੇ ਹੀ ਡੰਗਿਆ।
ਮਾਸ ਅਤੇ ਡੰਗ ਵਾਲੀ ਥਾਂ ਦੇ ਵਿਚਾਲੇ ਦੂਰੀ ਉਨੀ ਹੀ ਸੀ ਜਿੰਨੀ ਉਤਰਾ ਦੀ ਬਾਂਹ ਤੇ ਸੀ। ਜੱਜ ਐਮ ਮਨੋਜ ਨੇ ਇਸ ਕੇਸ ਤੇ ਟਿੱਪਣੀ ਕਰਦੇ ਹੋਏ ਕਿਹਾ, ਇਹ ਕਤਲ ਦਾ ਬਹੁਤ ਹੀ ਘਿਨਾਉਣਾ ਮਾਮਲਾ ਹੈ। ਜੱਜ ਨੇ ਸੂਰਜ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਂਦੇ ਹੋਏ ਕਿਹਾ ਕਿ ਸੂਰਜ ਨੇ ਉਤਰਾ ਨੂੰ ਮਾਰਨ ਦੀ ਯੋਜਨਾ ਬਣਾਈ ਅਤੇ ਇਸ ਨੂੰ ਇੱਕ ਕੋਬਰਾ ਦੇ ਡੰਗਣ ਤੋਂ ਬਾਅਦ ਹੋਈ ਮੌਤ ਦੇ ਰੂਪ ਵਿੱਚ ਪੇਸ਼ ਕੀਤਾ। ਜਾਂਚ ਕਰਨ ਵਾਲਿਆਂ ਦੇ ਮੁਤਾਬਕ ਸਿਰਫ 4 ਮਹੀਨੇ ਵਿੱਚ ਪਤਨੀ ਨੂੰ ਮਾਰਨ ਦੀ ਇਹ ਸੂਰਜ ਦੀ ਤੀਜੀ ਕੋਸ਼ਿਸ਼ ਸੀ। ਸਥਾਨਕ ਬੈਂਕ ਵਿੱਚ ਕਲੈਕਸ਼ਨ ਏਜੰਟ ਦੇ ਤੌਰ ਤੇ ਕੰਮ ਕਰਨ ਵਾਲੇ ਸੂਰਜ ਦੀ ਮੁਲਾਕਾਤ ਪਿਛਲੇ ਸਾਲ ਫਰਵਰੀ ਵਿੱਚ ਸੱਪ ਫੜਨ ਵਾਲੇ ਸੁਰੇਸ਼ ਨਾਲ ਹੋਈ ਸੀ। ਉਸ ਨੇ ਉਸ ਤੋਂ ਰਸਲ ਵਾਈਪਰ 10,000 ਰੁਪਏ ਵਿੱਚ ਖਰੀਦਿਆ। ਉਹ ਸੱਪ ਨੂੰ ਪਲਾਸਟਿਕ ਦੇ ਕੰਟੇਨਰ ਵਿੱਚ ਘਰ ਲੈ ਗਿਆ ਅਤੇ ਇੱਕ ਸ਼ੈੱਡ ਵਿੱਚ ਲੱਕੜਾਂ ਦੇ ਢੇਰ ਹੇਠਾਂ ਲੁਕੋ ਦਿੱਤਾ। 27 ਫਰਵਰੀ ਨੂੰ ਸੂਰਜ ਨੇ ਆਪਣੇ ਘਰ ਦੀ ਪਹਿਲੀ ਮੰਜ਼ਿਲ ਤੇ ਸੱਪ ਨੂੰ ਛੱਡਿਆ। ਜਾਂਚ ਕਰਨ ਵਾਲੇ ਮੁਤਾਬਕ ਉਸਨੇ ਪਤਨੀ ਨੂੰ ਆਪਣਾ ਮੋਬਾਈਲ ਫੋਨ ਲੈਣ ਦੇ ਲਈ ਉਸ ਨੂੰ ਉੱਪਰ ਜਾਣ ਲਈ ਕਿਹਾ। ਉਤਰਾ ਦੀ ਮਾਂ ਨੇ ਪੁਲਿਸ ਨੂੰ ਦੱਸਿਆ ਕਿ ਉਹਨਾਂ ਦੀ ਧੀ ਨੇ ਦੇਖ ਲਿਆ ਸੀ ਕਿ ਫਰਸ਼ ਤੇ ਸੱਪ ਹੈ। ਉਸਨੇ ਰੌਲਾ ਪਾਇਆ। ਇਹ ਸੁਣ ਕੇ ਸੂਰਜ ਉੱਪਰ ਆਇਆ, ਸੱਪ ਨੂੰ ਚੁੱਕਿਆ ਅਤੇ ਘਰ ਤੋਂ ਬਾਹਰ ਨਿਕਲ ਗਿਆ। 2 ਮਾਰਚ ਦੀ ਰਾਤ ਸੂਰਜ ਨੇ ਫਿਰ ਕੋਸ਼ਿਸ਼ ਕੀਤੀ। ਇਸ ਵਾਰ ਉਸਨੇ ਆਪਣੀ ਪਤਨੀ ਦੇ ਕੜਾਹ ਵਿੱਚ ਨਸ਼ੀਲੀ ਦਵਾਈ ਮਿਲਾਈ ਅਤੇ ਸੌਂਦੇ ਵੇਲੇ ਵਾਈਪਰ ਸੱਪ ਨੂੰ ਬੈੱਡਰੂਮ ਵਿੱਚ ਛੱਡ ਦਿੱਤਾ। ਇਸ ਵਾਰ ਸੱਪ ਨੇ ਹਮਲਾ ਕੀਤਾ ਅਤੇ ਉਸਨੇ ਉਤਰਾ ਦੇ ਪੈਰ ਤੇ ਡੰਗਿਆ। ਇਸ ਤੋਂ ਬਾਅਦ ਸੂਰਜ ਨੇ ਸੱਪ ਨੂੰ ਖਿੜਕੀ ਤੋਂ ਬਾਹਰ ਸੁੱਟ ਦਿੱਤਾ। ਉਤਰਾ ਦੇ ਪਿਤਾ ਵਿਜੇ ਸੈਨਨ ਵਿਦਿਆਧਰਨ ਕਹਿੰਦੇ ਨੇ ਕਿ ਕੇਰਲ ਵਿੱਚ ਸੱਪਾਂ ਦੇ ਡੰਗ ਮਾਰਨ ਦੇ ਮਾਮਲੇ ਆਮ ਨੇ, ਇਸ ਲਈ ਅਸੀਂ ਅੰਦਾਜ਼ਾ ਨਹੀਂ ਲਗਾ ਸਕੇ ਕਿ ਕੋਈ ਗੜਬੜੀ ਹੈ। ਭਾਰਤ ਵਿੱਚ ਹਰ ਸਾਲ 60,000 ਲੋਕਾਂ ਦੀ ਮੌਤ ਸੱਪਾਂ ਦੇ ਡੰਗਣ ਦੀ ਵਜ੍ਹਾ ਨਾਲ ਹੁੰਦੀ ਹੈ। ICU ਵਾਲੇ ਹਸਪਤਾਲ ਨੂੰ ਲੱਭਣ ਵਿੱਚ ਉਸ ਰਾਤ 2 ਘੰਟੇ ਤੋਂ ਵੱਧ ਸਮਾਂ ਲੱਗਿਆ। ਉਤਰਾ ਸੋਜਿਸ਼ ਅਤੇ ਬਲੀਡਿੰਗ ਕਰਕੇ ਪੀੜਤ ਸੀ। 3 ਸਰਜਰੀਆਂ ਤੋਂ ਬਾਅਦ ਆਰਾਮ ਕਰਨ ਦੇ ਲਈ ਉਹ ਕੋਲਮ ਸਥਿਤ ਆਪਣੇ ਮਾਪਿਆਂ ਦੇ ਘਰ ਆਈ ਸੀ। ਸੂਰਜ ਆਪਣੇ ਬੇਟੇ ਅਤੇ ਮਾਪਿਆਂ ਦੇ ਨਾਲ ਪਥਾਨਮ ਥਿੱਟਾ ਵਿੱਚ ਆਪਣੇ ਘਰ ਵਿੱਚ ਹੀ ਰੁਕਿਆ ਅਤੇ ਇੱਕ ਵਾਰ ਫਿਰ ਪਤਨੀ ਨੂੰ ਮਾਰਨ ਦੀ ਸਾਜ਼ਿਸ਼ ਰਚੀ। ਜਾਂਚ ਕਰਨ ਵਾਲਿਆਂ ਵਿੱਚੋਂ ਇੱਕ ਅਨੂਪ ਕ੍ਰਿਸ਼ਨਾ ਨੇ ਦੱਸਿਆ ਕਿ ਜਦੋਂ ਉਸ ਦੀ ਪਤਨੀ ਹਸਪਤਾਲ ਵਿੱਚ ਸੀ, ਸੂਰਜ ਸੱਪਾਂ ਨੂੰ ਸੰਭਾਲਣ ਅਤੇ ਸੱਪ ਦੇ ਜ਼ਹਿਰ ਦੇ ਬਾਰੇ ਜਾਣਨ ਦੇ ਲਈ ਇੰਟਰਨੈਟ ਦਾ ਇਸਤੇਮਾਲ ਕਰ ਰਿਹਾ ਸੀ। ਜਾਂਚ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਸੂਰਜ 2019 ਵਿੱਚ ਆਪਣੇ ਬੇਟੇ ਧਰੁਵ ਦੇ ਜਨਮ ਤੋਂ ਬਾਅਦ ਕਤਲ ਦੀ ਸਾਜ਼ਿਸ਼ ਰਚ ਰਿਹਾ ਸੀ। ਉਸ ਦੀ ਇੰਟਰਨੈਟ ਦੀ ਹਿਸਟਰੀ ਤੋਂ ਪਤਾ ਲੱਗਦਾ ਹੈ ਕਿ ਉਸਨੇ ਜ਼ਹਿਰੀਲੇ ਸੱਪਾਂ ਦੇ ਬਾਰੇ ਸਰਚ ਕੀਤਾ ਅਤੇ ਯੂਟਿਊਬ ਤੇ ਸੱਪ ਦੇ ਵੀਡੀਓ ਦੇਖੇ, ਜਿਸ ਵਿੱਚ ਇੱਕ ਸਥਾਨਕ ਮੰਨੇ ਪਰਮੰਨੇ ਸੱਪ ਹੈਂਡਲਰ ਦਾ ਇੱਕ ਚੈਨਲ ਵੀ ਸ਼ਾਮਲ ਸੀ। ਇਹਨਾਂ ਵਿੱਚੋਂ ਇੱਕ ਵੀਡੀਓ ਇਸ ਬਾਰੇ ਵੀ ਸੀ ਕਿ ਰਸਲ ਵਾਈਪਰ ਸੱਪ ਕਿੰਨਾ ਖਤਰਨਾਕ ਹੈ। ਸੂਰਜ ਨੇ ਕਥਿਤ ਤੌਰ ਤੇ ਆਪਣੇ ਦੋਸਤਾਂ ਨੂੰ ਦੱਸਿਆ ਕਿ ਉਸਦੀ ਪਤਨੀ ਨੂੰ ਸੁਪਨੇ ਵਿੱਚ ਇੱਕ ਨਾਗਿਨ ਦਾ ਸ਼ਰਾਪ ਮਿਲਿਆ ਹੈ, ਜਿਸ ਦੇ ਮੁਤਾਬਕ ਉਸਦੀ ਮੌਤ ਸੱਪ ਦੇ ਡੰਗਣ ਨਾਲ ਹੀ ਹੋਏਗੀ। ਜਾਂਚ ਕਰਨ ਵਾਲਿਆਂ ਦੇ ਮੁਤਾਬਕ ਅਸਲ ਵਿੱਚ ਸੂਰਜ ਆਪਣੀ ਪਤਨੀ ਤੋਂ ਪਿੱਛਾ ਛੁਡਾਉਣਾ ਚਾਹੁੰਦਾ ਸੀ ਅਤੇ ਦੂਜਾ ਵਿਆਹ ਕਰਨਾ ਚਾਹੁੰਦਾ ਸੀ। ਮੁੱਖ ਜਾਂਚ ਅਧਿਕਾਰੀ ਅੱਪੂ ਕੁੱਟਨ ਅਸ਼ੋਕ ਨੇ ਦੱਸਿਆ ਕਿ ਸੂਰਜ ਨੇ ਬੜੀ ਹੀ ਸਾਵਧਾਨੀ ਨਾਲ ਯੋਜਨਾ ਬਣਾਈ ਅਤੇ ਤੀਜੀ ਕੋਸ਼ਿਸ਼ ਵਿੱਚ ਸਫਲ ਰਿਹਾ।